नहीं आऊंगी अज काम वाली भी नहीं आई उत्तो गर्मी इन्नी पाई जांदी आ मेरा तो सच्ची बुरा हाल होया पिया गा इन्हां नूं जिन्ना मर्जी कह दे टाइम नाल आ जाओ भाई ना बारी बारी कहा करो भी साढ़े तो नहीं आया जाना अज हुण देख ला एडा एडा दुपहरा चढ़ गया जवाकां दा भी हजे देखना भी स्कूल छप्पे जाना उन्होंने इन्ना खंडियारा खेडिया पिया गा समझ तो बाहर हुई पई आउंदियां क्यों नहीं पैसे लैण बारी कह दिंदियां ने पैसे दे दो सानू चाहीदे आ भला जे काम करोंगियां तां ही पैसे मिलणगे पैसे कड़ा काम लगदे ने ਕੀ ਕਰੇ ਇਹਨਾਂ ਦਾ ਵੀ ਕੋਈ ਸਮਝ ਤਾਂ ਬਾਹਰ ਹੋਈ ਪਈ ਹੈ ਇਹਨਾਂ ਦੀ ਕੌਣ ਸਮਝਾਵੇ ਇਹਨਾਂ ਨੂੰ ਕੀ ਗੱਲ ਕਾਹਤੋਂ ਬੜਬੜ ਕਰੀ ਜਾਨੀ ਹੈ ਬੇਬੇ ਮੈਂ ਬੜਬੜ ਨਾ ਕਰਾਂ ਤਾਂ ਹੋਰ ਕੀ ਕਰਾਂ ਆ ਦੇਖ ਲੈ ਐਡੀ ਐਡੀ ਧੁੱਪ ਚੜੀ ਪਈ ਆ ਕੰਮ ਵਾਲੀ ਹਜੇ ਤੱਕ ਨਹੀਂ ਆਈ ਭਲਾ ਉਹਨੂੰ ਮਾੜਾ ਮੋਟਾ ਤਾਂ ਸੋਚਣਾ ਚਾਹੀਦਾ ਹੈ ਵੀ ਜਦੋਂ ਮੈਂ ਅਗਲੇ ਦੇ ਲੱਗੀ ਆ ਕੰਮ ਕਰਨ ਫਿਰ ਮੈਂ ਟਾਈਮ ਨਾ ਆਵਾਂ ਤੂੰ ਆਪ ਸਿਆਣੀ ਆ ਹੁਣ ਨਾਲ ਤਾਂ ਮੈਂ ਨਿੱਕੇ ਨਿਆਣੇ ਤੋਰਨੇ ਆ ਹਜੇ ਸਕੂਲ ਨੂੰ ਤਿਆਰ ਕਰਕੇ ਨਾਲੇ ਰੋਟੀ ਟੁੱਕਦਾ ਕਰਨਾ ਆ ਹੁਣ ਮਸਾਂ ਜਾ ਕੇ ਇੰਨੀ ਗਰਮੀ ਚ ਗੋਹਾ ਕੂੜਾ ਕਰਕੇ ਆਈ ਆ ਬੇਬੇ ਮੈਂ ਆਏ ਕਹਿੰਦੀ ਸੀ ਤੈਨੂੰ ਤੂੰ ਨਾ ਕੰਮ ਵਾਲੀ ਨੂੰ ਕਹਿ ਵੀ ਟਾਈਮ ਨਾ ਆ ਜਾ ਕਰੇ ਔਖਾ ਹੁੰਦਾ ਕੰਮ ਦਾ ਉਹ ਨਹੀਂ ਹੁਣ ਆਉਂਦੀ ਕਿਉਂ ਉਹ ਤਾਂ ਮੈਂ ਹਟਾਤੀ ਹਟਾਤੀ ਨਾ ਹਟਾ ਕਿਉਂ ਦਿੱਤੀ ਬੇਬੇ ਲੈ ਤੂੰ ਸਾਰਾ ਦਿਨ ਵਿਹਲੀ ਪੈਰ ਮਾਰਦੀ ਫਿਰੀ ਜਾਨੀ ਐ ਤੂੰ ਗੋਹਾ ਸੁੱਟਣ ਯੋਗੀ ਤਾਂ ਹੈਗੀ ਐ ਤੂੰ ਡੇਗ ਲਿਆ ਕਰ ਲੈ ਦੱਸ ਬੇਬੇ ਤੁਸੀਂ ਕਹਿ ਰਹੇ ਹੋ ਮੈਂ ਵਿਹਲੀ ਰਹਿਨੀ ਆ ਨਾ ਮੈਨੂੰ ਟਾਈਮ ਮਿਲਦਾ ਕਦੋਂ ਆ ਆ ਹੁਣ ਵੀ ਮੈਂ ਹੁਣ ਹਜੇ ਗੋਹਾ ਇਕੱਠਾ ਕਰਕੇ ਆਈ ਆ ਪਸ਼ੂਆਂ ਦਾ ਹਜੇ ਰੋਟੀ ਟੁੱਕ ਮੇਰਾ ਕਰਨ ਵਾਲਾ ਪਿਆ ਨਾਲੇ ਬੇਬੇ ਤੈਨੂੰ ਪਤਾ ਤਾਂ ਹੈਗਾ ਜਦੋਂ ਤੇਰਾ ਪੁੱਤ ਖੇਤੋਂ ਆਉਂਦਾ ਫਿਰ ਉਹਨੂੰ ਵੀ ਟਾਈਮ ਨਾਲ ਛੇਤੀ ਛੇਤੀ ਰੋਟੀ ਦੇਣੀ ਪੈਂਦੀ ਆ ਜਦੋਂ ਜਵਾਕ ਸਕੂਲੋਂ ਆਉਂਦੇ ਆ ਫਿਰ ਉਹਨਾਂ ਨਿਆਣਿਆਂ ਨੂੰ ਦੁੱਧ ਦੇਣਾ ਪੈਂਦਾ ਨਾਲੇ ਰੋਟੀ ਦੇਣੀ ਪੈਂਦੀ ਆ ਤੇ ਮੈਂ ਤੂੰ ਐਂ ਦੱਸ ਵੀ ਮੈਂ ਕੱਲੀ ਕਿਹੜੇ ਵੇਲੇ ਕਰੂੰਗੀ ਇਹ ਸਾਰਾ ਕੰਮ ਮੈਨੂੰ ਟਾਈਮ ਲੱਗਦਾ ਕਦੋਂ ਆ ਲੈ ਦੱਸ ਤੂੰ ਕਿਹੜਾ ਕੱਲੀ ਨੇ ਜਵਾਕ ਪਾਲੇ ਨੇ ਮੈਂ ਕਿਹੜਾ ਜਵਾਕ ਨਹੀਂ ਪਾਲੇ ਨਾਲੇ ਮੈਂ ਖੇਤ ਰੋਟੀ ਲੈ ਕੇ ਜਾਂਦੀ ਸੀ ਹੈ ਤੇਰੇ ਬਾਪੂ ਦੀ ਨਾਲੇ ਇੰਨੇ ਡੰਗਰਾਂ ਦਾ ਗੋਹਾ ਡੇਗ ਦਿੱਤੀ 10-10 ਬੰਦਿਆਂ ਦੀ ਰੋਟੀ ਮੈਂ ਖੇਤ ਪਕਾ ਕੇ ਲਿਆਂਦੀ ਰਹੀ ਹਾਂ ਮੈਂ ਤੈਨੂੰ ਦੱਸਾਂ ਜਿਹੜੇ 7 ਕਿੱਲਿਆਂ 'ਚ ਅੱਜ ਜ਼ਮੀਨ 'ਚੋਂ ਆਮਦਨ ਕੱਢਦੇ ਹੋ ਉਹ 7 ਕਿੱਲੇ ਇਸੇ ਕਰਕੇ ਬਚੇ ਨੇ ਜੇ ਮੈਂ ਇੱਕ ਆਪ ਕੰਮ ਕਰ ਦਿੱਤੀ ਕੰਮ ਕਰੇ ਵੀ ਨਾ ਜ਼ਮੀਨ ਨਹੀਂ ਬਚਦੀ ਹੁੰਦੀ ਹੱਥ ਪੈਰ ਤਾਂ ਮਾਰਨੇ ਲੱਗਦੇ ਨੇ ਕੰਮਾਂ ਨੂੰ ਕੀ ਗੱਲ ਹੋਈ ਬੱਬੂ ਤਾਂ ਰੌਲਾ ਜਿਹਾ ਪਾ ਕੇ ਰੱਖੀ ਨੇ ਦੋ ਜਣੇ ਅੰਦਰ ਤੱਕ ਬਚਾ ਜਾ ਰਹੀ ਹੈ ਦੇਖ ਰੌਲਾ ਨਾ ਪਾਵਾਂ ਤਾਂ ਹੋਰ ਕੀ ਕਰਾਂ ਦੇਖੀ ਮੈਂ ਬੇਬੇ ਨੂੰ ਆਏ ਕਹਿਤਾ ਮੈਂ ਕਿਹਾ ਵੀ ਅੱਜ ਕੰਮ ਵਾਲੀ ਨਹੀਂ ਆਈ ਜੀ ਵੀ ਐਡੀ ਐਡੀ ਧੁੱਪ ਚੜੀ ਖੜੀ ਆ ਤੇ ਵੀ ਥੂਸੀ ਵੀ ਖੇਤ ਜਾਣਾ ਹੁੰਦਾ ਜਵਾਕਾਂ ਨੇ ਵੀ ਸਕੂਲ ਜਾਣਾ ਹੁੰਦਾ ਤੇ ਵੀ ਮੈਂ ਰੋਟੀ ਟੁੱਕ ਵੀ ਕਰਨਾ ਵੀ ਮੈਂ ਗੋਹਾ ਸਿੱਟੂਗੀ ਮੱਝਾਂ ਨੂੰ ਕੱਖ ਕੰਡਾ ਪਾਉਂਗੀ ਕਿ ਇੱਧਰ ਘਰ ਦਾ ਕੰਮ ਕਰੂੰਗੀ ਤੁਸੀਂ ਆਪ ਸਿਆਣੇ ਬੇਬੇ ਤਾਂ ਕਹਿੰਦੀ ਮੈਂ ਹਟਾਤੀ ਕੰਮ ਵਾਲੀ ਤੇ ਦੱਸ ਮੈਂ ਕੀ ਕਰੂੰਗੀ ਸਾਰੇ ਕੰਮ ਨੂੰ ਤੂੰ ਵੀ ਨਾ ਗੁੱਸਾ ਕਰਿਆ ਕਰ ਬੇਬੇ ਦਾ ਸੁਭਾਅ ਇਹ ਹੈ ਬੇਬੇ ਦੇ ਸੁਭਾਅ ਨੂੰ ਕੀ ਕਰਾਂ ਕਹਿੰਦੀ ਕਿ ਤੂੰ ਤਾਂ ਚੱਪਣਾ ਹੀ ਆ ਘਸਾਉਂਦੀ ਆ ਕਿ ਤੁਰੀ ਫਿਰਦੀ ਰਹਿੰਦੀ ਆ ਬੇਲੀ ਤਾਂ ਹੈਗੀ ਆ ਕੰਮ ਕਰਦਿਆ ਕਰ ਉਹ ਤੂੰ ਵੀ ਨਾ ਦਿਲ ਤੇ ਲਾਇਆ ਕਰ ਬੇਬੇ ਦਾ ਮਜ਼ਾਕ ਕਰਦੀ ਹੁਣੀ ਤੈਨੂੰ ਤੁਹਾਨੂੰ ਵੀ ਐਂ ਲੱਗਦਾ ਵੀ ਬੇਬੇ ਮਜ਼ਾਕ ਕਰਦੀ ਆ ਚੱਲ ਛੱਡੋ ਆ ਜਾਓ ਤੁਸੀਂ ਰੋਟੀ ਖਾ ਲਓ ਫਿਰ ਖੇਤ ਵੀ ਜਾਣਾ ਹੋਊਗਾ ਹੋਰ ਹੋਰ ਵੀ ਦੇ ਬੱਬੂ ਤਾਂ ਚਾਹ ਦੇ ਕਰਾ ਖੇਤ ਜਾਣਾ ਕਾਲੀਆਂ ਮੈਨੂੰ ਲੈਟ ਚੱਲ ਰਹੀ ਹੈ ਬਸ ਆ ਗਈ ਆ ਗਈ ਆ ਲਓ ਚਾਹ ਤੇ ਨਾਲੇ ਇੱਕ ਗੱਲ ਹੋਰ ਹਾਂ ਉਹ ਦੁੱਧ ਨਾ ਕੇਨੀ ਚ ਪਾਇਆ ਪਿਆ ਚਾਹ ਪੀ ਕੇ ਡੈਰੀ ਚ ਪਾਇਆ ਉਹ ਸਾਰਾ ਦੁੱਧ ਨਹੀਂ ਤਾਂ ਨਾ ਰਸੋਈ ਚ ਪਿਆ ਖਰਾਬ ਹੋ ਜਾਊਗਾ ਉਹ ਚਲ ਕੋਈ ਨਾ ਲੈ ਪਾਇਆ ਹਾਂ ਪਹਿਲੀ ਚਾਹ ਲਿਆ ਦੀ ਖੋਆ ਤਾਂ ਲਿਆ ਦੀ ਇੱਕ ਦੋ ਕਿੰਨੀ ਕਵਾ ਦੇ ਕਿਹੜਾ ਖੋਆ ਗੱਲਾਂ ਦਾ ਇਹ ਕਰਦੇ ਆ ਜਿਵੇਂ ਤੈਨੂੰ ਪਤੀ ਨਾ ਹੋਵੇ ਦਾਸੇ ਬਾਰੇ ਪਰਸੋਂ ਦਾ ਕੱਢਿਆ ਖੋਆ ਪਰਸੋਂ ਕੱਢਿਆ ਮੈਨੂੰ ਵੀ ਪਤਾ ਹਾਂ ਆ ਕੱਲ ਛਿੰਦੋ ਭੈਣ ਆਈ ਸੀ ਨਾ ਹਾਂ ਤੇ ਬੇਬੇ ਨੇ ਚੱਕ ਕੇ ਨਾ ਸਾਰਾ ਖੋਆ ਉਹਨੂੰ ਫੜਾਤਾ ਆ ਜਵਾਕ ਦੇ ਖਾਣ ਨੂੰ ਵੀ ਚਾਹ ਟਿੱਕੀਆਂ ਨਹੀਂ ਰੱਖੀਆਂ ਅੱਜ ਜਦੋਂ ਨਿੱਕਾ ਸਕੂਲ ਗਿਆ ਨਾ ਇੰਨਾ ਰੋਇਆ ਕਹਿੰਦਾ ਮੰਮੀ ਖੋਆ ਖਾਣਾ ਤੇ ਜੇ ਹੋਵੇ ਤਾਂ ਮੈਂ ਦੇਵਾਂ ਮੰਮੀ ਪਤਾ ਕੀ ਕਹਿੰਦੀ ਆ ਛਿੰਦੋ ਨੂੰ ਕਹਿੰਦੀ ਤੂੰ ਲੈ ਜਾ ਸਾਰਾ ਖੋਆ ਸਾਡੇ ਤਾਂ ਕੁਝ ਅੱਧਾ ਹੀ ਰਹਿੰਦਾ ਸਾਰਾ ਕੁਝ ਚੱਲ ਕਹਿੰਦੀ ਤੇਰੇ ਨਿਆਣੇ ਖਾ ਲੈਣਗੇ ਸਾਡੇ ਤਾਂ ਕੋਈ ਮੂੰਹ ਨਹੀਂ ਲਾਉਂਦਾ ਭਲਾ ਤੁਹਾਨੂੰ ਪਤਾ ਗਾ ਵੀ ਜੇ ਨਹੀਂ ਮੂੰਹ ਲਾਉਣਾ ਸੀ ਫਿਰ ਬਣਾਇਆ ਕਾਹਤੋਂ ਸੀ ਖਾਣ ਵਾਸਤੇ ਬਣਾਇਆ ਸੀ ਨਾ ਫਿਰ ਤੈਨੇ ਕਹਿ ਨਹੀਂ ਬੇਬੇ ਕੁਝ ਮੈਂ ਕਿਹਾ ਸੀ ਮੈਂ ਬੇਬੇ ਨੂੰ ਇਹ ਵੀ ਕਿਹਾ ਸੀ ਵੀ ਬੇਬੇ ਛਿੰਦੋ ਭੈਣ ਤਾਂ ਇੰਨੇ ਘਰੇ ਵਿਆਹੀ ਹੋਈ ਆ ਇੰਨਾ ਉਹਨਾਂ ਦਾ ਕਾਰੋਬਾਰ ਆ ਉਹਦੇ ਘਰੇ ਕਿਸੇ ਚੀਜ਼ ਦੀ ਕਮੀ ਨਹੀਂ ਪੈਸਾ ਅੱਗ ਲਾਇਆ ਨਹੀਂ ਮੁੱਕਦਾ ਤੇ ਲੈ ਬੇਬੇ ਇੰਨੇ ਖੋਆ ਕੀ ਕਰਾਉਣਾ ਵੀ ਆਪਣੇ ਦਾ ਨਿਆਣਾ ਖਾਂਦਾ ਉਹ ਵੀ ਕਿੰਨੇ ਚਾਨ ਪਰ ਬੇਬੇ ਨੇ ਮੇਰੀ ਸੁਣੀ ਨਹੀਂ ਨਾ ਕੋਈ ਜਦੋਂ ਵੀ ਕਹਿੰਦੀ ਆ ਉਦੋਂ ਮੇਰੇ ਤੇ ਪਤਾ ਕੀ ਤਾਂ ਜਤਾਉਂਦੀ ਆ 7 ਕਿੱਲੇ ਜ਼ਮੀਨ ਦੇ ਨੇ 7 ਕਿੱਲੇ ਮੈਂ ਉਹਨਾਂ ਦੀ ਮਾਲਕ ਹਾਂ ਹੱਦ ਹੋਈ ਪਈ ਆ ਤੇ ਮੈਂ ਇਹ ਦੱਸ ਕੀ ਕਰਾਂ ਤੇ ਬੇਬੇ ਨੂੰ ਪਤਾ ਨਹੀਂ ਕੀ ਹੋ ਰਿਹਾ ਅੱਜ ਕੱਲ ਇਹ ਤਾਂ ਮੈਂ ਕੁਝ ਕਹਿਣਾ ਤਾਂ ਮੇਰੇ ਨਾਲ ਲੜਨ ਨੂੰ ਤਿਆਰ ਹੈ ਤੇਰੇ ਨਾਲ ਤਾਂ ਜੁੱਧ ਲਾਈ ਹੋ ਰਹਾ ਹੈ
ਉਹੀ ਤਾਂ ਗੱਲ ਹੈ ਉੱਤੋਂ ਪਤਾ ਅੱਜ ਜਦੋਂ ਮੈਂ ਤੜਕੀ ਆਖਿਆ ਵੀ ਕੰਮ ਵਾਲੀ ਨੀ ਮੈਨੂੰ ਪਤਾ ਕੀ ਕਹਿੰਦੀ ਬੇਬੇ ਕਹਿੰਦੀ ਤੁਸੀਂ ਤਾਂ ਕੰਮ ਕਰਕੇ ਰਾਜੀ ਨੀ ਅਗੇ ਸਾਡੇ ਵੇਲਿਆਂ ਦੇ ਵਿੱਚ ਨਾ ਨਾਲੇ ਅਸੀਂ ਮੂਰੀਆਂ ਰੱਖਦੇ ਹੁੰਦੇ ਸੀ ਨਾਲੇ ਕਹਿੰਦੀ ਮੈਂ ਖੇਤ ਨੂੰ ਰੋਟੀ ਦੋੜਦੀ ਹੁੰਦੀ ਸੀ ਨਾਲੇ ਮੈਂ ਨਿਆਣੇ ਪਾਲਦੀ ਹੁੰਦੀ ਸੀ ਕਹਿੰਦੀ ਮੈਂ ਸਾਰਾ ਕੰਮ ਕਰਦੀ ਹੁੰਦੀ ਸੀ ਤੈਨੂੰ ਦੱਸ ਕਹਿੰਦੀ ਕੀ ਨਹੀਂ ਹੋਇਆ ਤੂੰ ਆਪੇ ਕਰ ਲਿਆ ਕਰ ਤੁਹਾਡੇ ਵੇਲੇ ਤੁਹਾਡੇ ਵਾਲਾ ਸਮਾਂ ਚੰਗਾ ਸੀ ਕਹਿੰਦੀ ਸਾਡੇ ਵੇਲੇ ਸਾਡੇ ਵਾਲਾ ਸਮਾਂ ਚੰਗਾ ਚਲੋ ਛੱਡੋ ਮੈਨੂੰ ਨਹੀਂ ਪਤਾ ਗਾ ਹੁਣ ਤੇ ਤੁਸੀਂ ਨਾ ਦੁੱਧ ਪਾਇਆ ਨਾਲੇ ਚਾਹ ਪੀ ਲਓ ਹਾਂ ਮੈਂ ਦੁੱਧ ਪਾਇਆ ਚਾਹ ਪੀ ਲਈ ਬਾਬੂ ਮੈਂ ਦੁੱਧ ਪਾਉਣ ਜਾ ਰਿਹਾ ਉਧਰ ਦੀ ਉਧਰ ਖੇਤ ਲੰਘੂਗਾ ਦੁਪਹਿਰ ਦੀ ਰੋਟੀ ਉੱਥੇ ਭੇਜਦੀ ਮੇਰੀ ਠੀਕ ਆ ਜਾ ਵੜੋ ਪਤਾ ਨੀ ਕੁਛ ਹੈ ਚੌਲਾ ਖਾਨੀ ਨਾ ਥੇ ਉਹ ਐਡਾ ਬੜਾ ਜਗਾੜ ਬਣਾ ਰੱਖਿਆ ਕਿਤੇ ਉਹ ਨਾ ਕੋਈ ਸਫਰਾ ਲੜ ਜੇ ਕਹਿੰਦੀ ਕੋਈ ਸਬਜ਼ੀ ਨੀ ਇਹਦੇ ਨਾਲ ਕੋਈ ਫਲੀਆ ਨਾ ਕੋਈ ਕਰੇਲਾ ਲੱਗਿਆ ਹੋਇਆ ਹੈ ਸਾਰੀ ਬੇਲ ਸੁੱਕ ਗਈ ਤੂੰ ਕਿਹੜੇ ਵੇ ਆ ਗਿਆ ਬਾਈ ਨੇ ਕੱਖ ਪਾਉਣ ਨੂੰ ਕਹਿਤਾ ਜੀ ਕੱਖ ਪਾਉਣ ਨੂੰ ਕਿਹਾ ਜੀ ਹੋਰ ਕਹਿੰਦਾ ਡੰਗਰਾਂ ਨੂੰ ਕੱਖ ਪਾਏ ਮੈਂ ਖੇਤ ਬਥੇਰੇ ਕੰਮ ਨੇ ਕਰਨ ਨੂੰ ਦੱਸ ਕੱਖ ਤਾਂ ਆਪੇ ਪਾ ਦੂਗੀ ਤੂੰ ਬਸ ਕੱਖ ਨੂੰ ਟੋਕਾ ਚੱਕੀ ਫਿਰਦਾ ਘਰੇ ਤੂੰ ਨੀ ਕਰਨੀ ਖੇਤੋਂ ਨੀ ਖੜਨ ਵੀ ਉਹ ਵੇਲੜ ਕੀ ਕਰੂਗੀ ਸਾਰਾ ਦਿਨ ਮੰਜੇ ਤੋੜਦੀ ਹੈ ਆਪੇ ਪਾ ਦੂਗੀ ਕੱਖ ਤੂੰ ਜਾ ਖੇਤ ਨੂੰ ਆਪਦਾ ਕੰਮ ਕਰ ਆਪੇ ਰਾਜੂ ਸੰਨੀ ਦੁੱਧ ਪੀਣ ਦਾ ਮੂਹਰੇ ਹੈ ਕੱਖ ਕੀ ਉਹਦਾ ਵਾਪ ਆਊਗਾ ਉੱਥੇ ਉਹ ਨੀ ਖੜਨ ਦਾ ਘਰੇ ਤੂੰ ਨੀ ਖੜਨ ਤੈਨੂੰ ਮੈਂ ਕਿਹੜਾ ਕਹਿਦਾ ਜਾ ਕੇ ਤੇਰਾ ਖੇਤ ਕੰਮ ਹੈ ਜਾ ਕੇ ਕਰ ਚੱਲ ਕਰ ਲਾਂਗੇ ਪਹਿਲਾਂ ਵੀ ਤੜਕੇ ਦੇ ਖੇਤ ਹੀ ਕੱਖ ਕੱਢ ਰਹੇ ਬਸ ਫਿਰ ਹੁਣ ਵੀ ਜਾ ਕੇ ਖੇਤ ਹੀ ਕੰਮ ਹੈ ਤੇਰਾ ਆਪੇ ਪਾਊ ਕੱਖ ਠੀਕ ਹੈ ਤੈਨੂੰ ਕੋਈ ਜ਼ਿੰਮੇਵਾਰੀ ਨੀ ਕੱਖਾਂ ਦੀ ਚੰਗਾ ਤਾਂ ਅੱਛਾ ਸਿੰਦੋਲਾ ਪਾਉਣਾ ਹੈ ਕਿੰਨੇ ਦਿਨ ਹੋ ਗਏ ਲੈ ਫੋਨ ਹੀ ਨਹੀਂ ਕਰਿਆ ਅੱਛਾ ਹਾਂ ਪੁੱਤ ਠੀਕ ਠਾਕ ਹੈ ਲੈ ਕਿੰਨੇ ਦਿਨ ਹੋ ਗਏ ਤੇ ਤਾਂ ਫੋਨ ਹੀ ਨਹੀਂ ਕਰਿਆ ਠੀਕ ਹੈ ਹੋਰ ਬੱਚੇ ਠੀਕ ਨੇ ਠੀਕ ਹੈ ਮੱਝ ਦੁੱਧੋਂ ਹਟ ਗਈ ਲੈ ਫਿਰ ਇਹ ਕਿਹੜੀ ਗੱਲ ਹੈ ਜੇ ਮੱਝ ਦੁੱਧੋਂ ਹਟ ਗਈ ਤੂੰ ਟੈਂਪੂ ਭੇਜ ਮੈਂ ਟੈਂਪੂ ਚ ਮੱਝ ਹੁਣੇ ਚੜਾ ਦਿੰਦੀ ਹਾਂ ਆਪਣੇ ਸੱਜਰ ਸੂਈ ਮੱਝ ਕੜੀ ਹੈ ਹਾਂ ਲੈ ਤੈਨੂੰ ਉਹਨਾਂ ਦਾ ਡਰ ਕਾਹਦਾ ਹੈ ਤੇਰੇ ਭਾਈ ਭਰਜਾਈ ਕੁਛ ਨੀ ਕਹਿੰਦੇ ਤੂੰ ਤਾਂ ਮੇਰੀਆਂ ਰੋਟੀਆਂ ਬਾਰੇ ਵੀ ਸੋਚ ਲਿਆ ਕਰ ਤੈਨੂੰ ਮੇਰੀ ਰੋਟੀ ਦੀ ਕੀ ਸੋਚ ਹੈ ਨੀ ਮੇਰੇ ਨਾਲ ਤਾਂ 7 ਕਿੱਲੇ ਦੇ ਝੋਟੇ ਦੇ ਸਿਰ ਵਰਗੇ ਮੈਨੂੰ ਮੇਰੇ 7 ਕਿੱਲੇ ਰੋਟੀ ਦਵਾਉਂਦੇ ਨੇ ਹੋਰ ਕੀ ਮੈਨੂੰ ਤੇਰੇ ਭਾਈ ਭਰਜਾਈ ਦੇ ਦੇਣਗੇ ਪਰੌਂਠੇ ਹਾਂ ਜਿਹੜੀ ਤਾਂ ਗੱਲਾਂ ਕਿਹੜੀਆਂ ਕਰਦੀ ਆ ਨਾਲੇ ਰੋਡ ਤੇ ਜ਼ਮੀਨ ਹੈ ਕਰੋੜਾਂ ਦੇ ਕਿੱਲੇ ਨੇ ਤਾਂ ਹੀ ਤਾਂ ਮੇਰੇ ਮਗਰ ਉਹਨੇ ਭੱਜੇ ਫਿਰਦੇ ਨੇ ਉਹ ਨਹੀਂ ਮੈਨੂੰ ਕਿਹੜਾ ਦੂਗਾ ਰੋਟੀਆਂ ਤਾਂ ਹੀ ਦਿੰਦੇ ਨੇ ਮੈਨੂੰ ਰੋਟੀਆਂ ਹਾਂ ਠੀਕ ਹੈ ਕੋਈ ਨਾ ਤੂੰ ਭੇਜ ਲਈ ਇੱਕ ਛੱਡ ਪਾਉਂਗੇ 2 ਮੱਝਾਂ ਲੈ ਜਾ 4 ਖੜੀਆਂ ਨੇ ਹਲੇ ਤੇਰੀ ਮਾਂ ਵੀ ਚੱਲਦੀ ਆ ਹਾਂ ਠੀਕ ਹੈ ਚੰਗਾ ਲੈ ਦੇਖਣਾ ਹਜੇ ਬੇਬੇ ਕਹਿੰਦੀ ਆ ਆਖੇ ਮੈਨੂੰ ਰੋਟੀ 7 ਕਿੱਲਿਆਂ ਕਰਕੇ ਮਿਲਦੀ ਆ ਹੁਣ ਨਾ ਬੇਬੇ ਦਾ ਇਹ ਵਹਿਮ ਕੱਢਣਾ ਪੈਣਾ ਕਿ ਤੈਨੂੰ ਰੋਟੀ ਪਿਆਰ ਨਾਲ ਮਿਲਦੀ ਆ ਕਿ 7 ਕਿੱਲਿਆਂ ਕਰਕੇ ਮਿਲਦੀ ਆ ਲੈ ਦੇਖਣਾ ਬੇਬੇ ਗੱਲਾਂ ਕਿਵੇਂ ਕਰਦੀ ਆ ਫਿਰ ਕਹਿੰਦੀ ਆ ਧੀਆਂ ਪੁੱਤ ਮਾੜੇ ਹੁੰਦੇ ਨੇ ਤੇ ਆਪਦੀ ਧੀ ਨੂੰ ਕਹਿੰਦੀ ਆ ਮੈਨੂੰ ਤਾਂ ਫਿਰ ਰੋਟੀ 7 ਕਿੱਲਿਆਂ ਕਰਕੇ ਮਿਲਦੀ ਆ ਬੇਬੇ ਨੂੰ ਇਹ ਸਮਝ ਨਹੀਂ ਆਉਂਦੀ ਵੀ ਤੂੰ ਸਾਡੀ ਮਾਂ ਆ ਕੋਈ ਬਗਾਨੀ ਮਾਂ ਨਹੀਂ ਸਾਡੀ ਆਪਣੀ ਮਾਂ ਤੂੰ ਪਰ ਇਹ ਵਹਿਮ ਹੁਣ ਬੇਬੇ ਦਾ ਕੱਢਣਾ ਪੈਣਾ ਸਿਆਣੇ ਕਹਿੰਦੇ ਨੇ ਕਿ ਜੇ ਸਿੱਧੀ ਉਂਗਲ ਨਾਲ ਘਿਓ ਨਾ ਨਿਕਲੇ ਨਾ ਤਾਂ ਟੇਢੀ ਉਂਗਲ ਨਾਲ ਕੱਢ ਲੈਣਾ ਚਾਹੀਦਾ ਕੋਈ ਗੱਲ ਨਹੀਂ ਚੱਲ ਬੇਬੇ ਜਿੱਥੇ ਤੱਕ ਚੱਲਦੀ ਹੈ ਮੈਂ ਵੀ ਤੇਰੇ ਮਗਰ ਹਾਂ ਸਿੰਦੋ ਦਾ ਫੋਨ ਆਇਆ ਸੀ ਹਾਂ ਤੇਰੇ ਭਾਣਜੇ ਨੇ ਆਈਲੈਟਸ ਕੀਤੀ ਹੈ ਉਹਨੇ ਬਾਹਰ ਨੂੰ ਜਾਣਾ ਕਹਿੰਦੀ 15 ਲੱਖ ਰੁਪਇਆ ਲੱਗੂਗਾ 10 ਕੁ ਲੱਖ ਦਾ ਤਾਂ ਉਹਨਾਂ ਨੇ ਇੰਤਜ਼ਾਮ ਕਰ ਲਿਆ 5 ਕੁ ਲੱਖ ਦਾ ਕੋਈ ਆਪਣਾ ਹੀ ਖਰਚ ਬਣਦਾ ਆਪਾਂ 5 ਕੁ ਲੱਖ ਰੁਪਇਆ ਉਹਨੂੰ ਦੇ ਦਿੰਦੇ ਸਾਰਾ ਲੱਗ ਜੂਗਾ 5 ਲੱਖ ਹੋਰ ਆਪਣੀ ਵੀ ਕਬੀਲਦਾਰੀ ਹੈ ਆਪਾਂ ਇੰਨੇ ਪੈਸੇ ਕਿੱਥੋਂ ਦੇਵਾਂਗੇ ਮੇਰੀ ਗੱਲ ਸੁਣ ਮੈਂ ਤਾਂ ਉਹਦੇ ਨਾਲ ਜਵਾਨ ਕਰ ਬੈਠੀ ਦੇਖ ਚਾਹੇ ਤਾਂ ਤੂੰ ਆੜਤੀਏ ਬੋਲਿਆ ਚਾਹੇ ਕਿਸੇ ਦੋਸਤ ਮਿੱਤਰ ਬੋਲਿਆ 5 ਲੱਖ ਰੁਪਇਆ ਸੀ ਤੁਹਾਨੂੰ ਦੇਣਾ ਪਊਗਾ ਹੁਣ ਆੜਤੀ ਲੈ ਹੁਣ ਤਾਂ ਆੜਤੀ ਤੋਂ ਲੈ ਕੇ ਆਏ ਜੀ ਦੇਣੇ ਲੈਣ ਦੇ ਆੜਤੀ ਵੀ ਲੈ ਕੇ ਦਿੱਤੇ ਜੀ ਹੋਰ ਕਿੱਥੋਂ ਮੰਗਾ ਮੈਂ ਫਿਰ ਜੇ ਤੇਰੇ ਹੱਥ ਖੜੇ ਨੇ ਮੈਨੂੰ ਤਾਂ ਭਾਈ ਦੇਣੇ ਪੈਣਗੇ 7 ਕਿੱਲੇ ਨੇ ਮੇਰੇ ਨਾਲ ਦੇ ਜ਼ਮੀਨ ਦੇ ਮੈਂ ਤਾਂ ਫਿਰ ਕੋਈ ਅੱਟਾ ਵੱਟਾ ਕਰਕੇ ਦੇ ਦੂੰਗੀ ਅੱਟਾ ਵੱਟਾ ਆਹ ਫਿਰ ਜ਼ਮੀਨ ਚੋਂ ਮੈਨੂੰ ਅੱਟਾ ਵੱਟਾ ਕਰਨਾ ਪਊਗਾ ਦੇਖੋ ਮੇਰੀ ਗੱਲ ਸੁਣ ਲੈ
मैं तो तेन कहना सी कहता अगे तेरी मर्जी है हूं तू सोच रहा जी मैं करना पे मर्जी करके आरती दे दोस्त तो लाके तो मर्जी कर पैसे दे छिंदो मझ लेगी पर आप न्याणे नू की पियावांगे आप दुध कित्थो पीवांगे जे मुल दा दुध लवांगे तैनु पता भी अज कल किन्नी महंगाई आ मेनू भी कही थी अपना भी हक बनता कुछ ना कुछ करन दा इना समान देता इन गड्डे भर भर के घरे लाया अजे साडा हक पूरा नहीं होया जी उन्होंने मेनू कहा 10 लाख का कभी लाए रहे ने अपना 5 लाख का हक बनता सिंह का मेरी गल सुन ला चाहे कुछ मर्जी है कल जे मेरे बेबे की लड़ाई लुड़ी होगी ना तो फिर तू ये गल ना कही भी आ की करता हूं बेबे ना बाला तेन मर्ज की करती है बेबे को जा नहीं सकती है जो बोलती है बेबे ओही कह दें 7 किले आ मेरे को 7 किले आ गए ओनू समझा ला दे समझो ना कल फड़ के गोडिया ने लै ली ना फिर ना मेनू कही भी मैं माड़ी हाँ हूं एवं सिर तो सिर चढ़ी जाती हां हां मां कानू चिंता कर दिया लै दस अच्छा 2500 रुपए तेन लग गया लै मां आदा बड़ा वधिया काम हो गया हुण लॉकडाउन दे विच इन्नी गरीबी हो गई आ पैसा है ही नहीं किसे कोले चल मां कोई गल नहीं तेनू घरे बैठी नू 2500 रुपए मिल जू होर तू की पाड़दी है ओहो लै मां तू चिंता ना कर कोई गल नहीं मैं आ जाऊंगी 1-2 दिन तक आके तेरे फार्म भरवा दूंगी ठीक है ना नाले घर दा रोटी फोलका चली जाऊंगा 2500 दे विच चल कोई नहीं मां मैं 1-2 दिन तक आऊंगी मैं इन्हां नाल गल करदी आ फिर तेरे फार्म भरवा के जाने आ चल ठीक है ओके ओरे बबू ईदा फोन से किने नाल गल्ला करी जानी है बन गया 5 लाख दा ही ना ओहो बेबे 5 लाख दी गल नहीं करदी मैं ओ तां मेरी मम्मी दा फोन आया सीगा मेरी मम्मी कहती भी पंजाब सरकार ने 2500 रुपया करता पेंशन का फिर मैं चल बाली वधिया गल होगी है ना लॉकडाउन दुनिया कर जाई हुई पई रोटी फुलका चली गई कल तेन तेरी मम्मी जी का सोच होगी मेरी सोच नहीं है भी मेरे भी फार्म भरा मैं 2500 रुपया मेरा लग जू दस कि घाटा पाजू सरकार बेबे आ तेन लगता भी असि तेन प्यार नहीं करते असि पता तेन कि प्यार करते हैं जे मेरी मम्मी के फार्म भरवाऊंगी ना तेरे भी भरवा दूंगी आ बेबे तू चोरी होके रहा कर वधिया है ना 7 किलो तो तेरे को पहला भी है ने ते नाले आहा तेन 2500 मिलने लग जूगा वधिया किन्ने मर्जी किले हो ना सरकार का पैसा किने जा गया सारे लेंदे ने पैसा सही गल है बेबे चल कोई नहीं बेबे मैं इन्हां नाल करती गल मैं सुनते नहीं आहा ओदे मुंडे की गल करते सी ना तुसी भी फार्म च भरदा भी ओही अच्छा ओ हां हां ओनू फोन कर दियो ओनू कह भी साडे बेबे दे भी फार्म भरवा ला चल साडे बेबे नु भी 2500 मिलने लग जू जेडे तू गल नहीं करता फार्म बारे अपनी बेबे दे भर लेने भाई मुड़े आ जाओगे आ जा भाई आ जा हाँ हाँ करिए भाई आ जा ठीक है भाई की कहना ला रहे हो आ रहे चल ठीक है ले बेबे हो जा तैयार 2500 लेने वास्ते लगी भी किसी आने लेने लग रहे ने परेशान था दस सरकार ने बड़ा घाटा आंदा ये मेरी परेशान लग जूगी पूरी आ जा भाई आ जा लंगे अंदर अंदर आ जा बलकारा
ਮਾਤਾ ਨਾਮ ਕੀ ਆ? ਮਨਜੀਤ ਕੌਰ। ਘਰ ਵਾਲੇ ਦਾ ਨਾਮ? ਮਹਿੰਦਰ ਸਿੰਘ। ਉਮਰ? ਉਮਰ 62 ਸਾਲ। ਤੇ ਸੱਚੀ ਗੱਲ ਆ ਇਹ 62 ਸਾਲ? ਲੈ ਹੋਰ ਹੁਣ ਜਦੋਂ ਆਧਾਰ ਕਰਦੇ ਆ। ਅੱਛਾ ਠੀਕ ਹੈ। ਬੇਬੇ ਅੰਗੂਠਾ ਲਾਉਂਗੇ? ਨਾ ਸਾਈਨ ਕਰੂੰਗੀ, ਪੰਜ ਬੜੀ ਹੋਈ ਆਏ ਕਿ ਤੂੰ ਕੁੜੀ ਨੂੰ ਐਵੇਂ ਜਾਣਦਾ? ਉਹ ਨਹੀਂ ਨਹੀਂ, ਮੈਂ ਤਾਂ ਵੈਸੇ ਪੁੱਛਿਆ। ਦੋ ਮਤ ਕਰੋ ਸਾਈਨ। ਬੇਬੇ ਇਹ ਅੰਗਰੇਜ਼ੀ ਜੀ ਜੀ ਕੀ ਲਿਖਿਆ ਹੋਇਆ ਹੈ? ਬੇਬੇ ਹੁਣ ਪਿਲਸਰ ਵਾਲੇ ਫਾਰਮ ਅੰਗਰੇਜ਼ੀ ਜੀ ਹੁੰਦੇ ਨੇ। ਮੈਨੂੰ ਤਾਂ ਇਹ ਸਮਝੇ ਨਹੀਂ ਆਉਂਦੀ। ਇਹ ਤੈਨੂੰ ਸਮਝ ਨਹੀਂ ਆਉਣੀ ਬੇਬੇ, ਹੁਣ ਤਾਂ ਅੰਗਰੇਜ਼ੀ ਚ ਹੁੰਦੇ ਨੇ ਸਾਰੇ ਫਾਰਮ। ਅੱਛਾ। ਹਾਂ ਪਿਲਸਰ ਦੇ ਨੇਗੇ। ਲੋ ਜੀ ਹੁਣ ਤੁਹਾਡਾ ਕੰਮ ਬਣ ਚੁੱਕਾ, ਹੁਣ ਜਾ ਕੇ ਆਨਲਾਈਨ ਚਾੜ ਦਾਂਗੇ ਅਸੀਂ ਇਹ। ਹੋ ਗਿਆ ਬਾਈ? ਹਾਂ ਹਾਂ ਹੋ ਗਿਆ ਬਾਈ। ਪੱਕਾ ਕੰਮ ਕਰਦੇ ਹੋ ਬਾਈ? ਕਦੇ ਕੱਚਾ ਕੰਮ ਰਹਿ ਜੇ ਫਾਰਮ ਚ ਚਾਰ ਹੋਰ ਭਰ ਲਓ। ਜਮੀਨ ਪੱਕਾ ਕੰਮ ਕਰਾਂਗੇ ਜੇ ਤੇਰੇ ਨਾਲ ਗੱਲ ਇਹ ਹੋਊਗੀ। ਹਾਂ ਪੱਕਾ ਕੰਮ ਕਰਦੇ ਹੋ ਤੇ ਕੱਚਾ। ਬੇ ਬਾਈ ਇਹ ਹੁਣ ਮੇਰੇ ਕੋਲ ਮੇਰੇ ਕੋਲ 2500। ਇਹ ਬੇਬੇ ਤੇਰੇ 1 ਤਰੀਕ ਨੂੰ ਖਾਤੇ ਚ ਆ ਜਾ ਕਰਨਗੇ। ਅੱਛਾ। ਹਾਂ ਕਿਉਂ ਫਿਰ ਮੈਂ ਹੀਲਾ ਕਰਾਂ? ਤੂੰ ਕਿੱਥੋਂ ਕਰੇਂਗੀ? ਲੈ ਜਿਹੜੇ ਵੀ ਇਹਨਾਂ 7 ਕਿੱਲੇ ਨੇ ਉਹਨਾਂ 'ਚ ਵੇਚ ਕੇ ਦੇਊਂਗੀ ਮੈਂ। ਤੇਰੇ ਨਾਲ 7 ਕਿੱਲੇ ਨੇ ਹੈਗੇ ਕੁਛ ਹੋਣਾ? ਹੁਣ ਤਾਂ 7 ਕਿੱਲੋ ਮੇਰੇ ਨਾਲ ਬੋਲਦੇ ਨੇ, ਤੇਰੇ ਨਾਲ ਤਾਂ ਖੁੱਦ ਵੀ ਨਹੀਂ ਹੈਗਾ। ਬਈ ਤੂੰ ਮੈਨੂੰ ਮਜ਼ਾਕ ਨਾ ਕਰਿਆ ਕਰ। ਪਹਿਲਾਂ ਕਦੇ ਤੈਨੂੰ ਮਜ਼ਾਕ ਕਰਿਆ ਬੇਬੇ, ਜਿਹੜਾ ਹੁਣ ਮਜ਼ਾਕ ਕਰੂੰਗਾ ਤੈਨੂੰ ਮੈਂ। ਤੂੰ ਮੈਂ ਮਰ ਜਾ ਬਈ, ਤੂੰ ਕਿਹੜੇ ਮੇਰੇ ਨਾਲ ਕਰਾ ਗਿਆ? ਨਾ ਕੋਈ ਫਾਰਮ ਨਾ ਕਾਗਜ਼, ਮੈਂ ਤਾਂ ਕੋਈ ਸਾਈਨ ਵੀ ਨਹੀਂ ਕਰੇ। ਜਦੋਂ ਪੰਜਾਬ ਸਰਕਾਰ ਵਾਲਾ 2500 ਰੁਪਇਆ ਪਿਲਸਨ ਲੈਂਦੀ ਤੀ ਬੇਬੇ, ਯਾਦ ਕਰ ਸਾਈਨ ਕਿਉਂ ਨਹੀਂ ਕਰੇ? ਵੀ ਤੂੰ ਜਿਹੜਾ ਡੂੰਗਾ ਨਿਕਲਿਆ, ਮੈਨੂੰ ਪਤਾ ਨਹੀਂ ਸੀ ਵੀ ਤੂੰ ਮੇਰੇ ਜੜਾਂ 'ਚ ਬੈਠੇਗਾ। ਮੈਂ ਤੈਨੂੰ ਪਾਲ ਪੋਸ ਕੇ ਇਸੇ ਕਰਕੇ ਨਹੀਂ ਵੱਡਾ ਕੀਤਾ ਸੀ ਵੀ ਤੂੰ ਮੇਰੇ ਨਾਲ ਧੋਖਾ ਕਰੇਂ? ਇਹ ਸਭ ਤੇਰੇ ਪੈਰੋਂ ਹੋਇਆ ਬੇਬੇ। ਜਦੋਂ ਤੂੰ ਗੱਲ ਗੱਲ 'ਤੇ ਨਾ 7 ਕਿੱਲੇ ਮੇਰੇ ਪਰਖਦੀ ਤੀ ਹਰ ਇੱਕ ਗੱਲ 'ਤੇ, ਕਦੇ ਕਿਸੇ ਨੂੰ ਕੁਛ ਦਿੱਤਾ, ਕਦੇ ਕਿਸੇ ਨੂੰ ਕੁਛ ਦਿੱਤਾ, ਇਹ ਤਾਂ ਹੋਇਆ ਬੇਬੇ ਸਾਰਾ ਕੁਛ। ਫਿਰ ਮੈਨੂੰ ਕੀ ਪਤਾ ਸੀ, ਮੈਨੂੰ ਕੀ ਲੋੜ ਸੀ ਪਿਲਸਾਂ ਲਵਾਉਣ ਦੀ? ਜੇ ਮੈਨੂੰ ਤੇਰਾ ਭੇਟ ਆ ਜਾਂਦਾ ਮੈਂ ਸਹੀ ਨਹੀਂ ਕਰਦੀ। ਫਿਰ ਮੇਰੀ ਤਾਕਤ 'ਤੇ ਮਰਦਾ ਪੈ ਗਿਆ ਜੋ ਕਮੇ ਆਪਦੇ ਹੱਥ ਬੜਾ ਲਏ। ਮੈਨੂੰ ਪਤਾ ਨਹੀਂ ਰੋਟੀ ਮੈਂ ਤੁਹਾਨੂੰ ਦੂਜੀ ਕਿਲਾਉਂਦੀ। ਪੁੱਤ ਸਿੰਧੋ ਮੇਰੀ ਗੱਲ ਸੁਣ, ਮੈਂ ਤੇਰੇ ਨਾਲ ਗੱਲ ਕਰਨੀ ਹੈ। ਤੇਰੇ ਭਾਈ ਨੇ ਤਾਂ ਸਾਰੀ ਜ਼ਮੀਨ ਮੈਥੋਂ ਧੋਖੇ ਨਾਲ ਨਾਮ ਕਰਵਾ ਲਈ, ਕਹਿੰਦਾ ਤੇਰਾ ਪਿਲਸਾਂ ਦਾ ਫਾਰਮ ਭਰਨਾ। ਹੁਣ ਮੈਨੂੰ ਕਿਹੜੀ ਰੋਟੀ ਦੇਣਗੇ? ਫਿਰ ਮੈਂ ਤੇਰੇ ਕੋਲ ਆ ਜਾਊਂਗੀ। ਤੂੰ ਗੱਲ ਤਾਂ ਸੁਣ ਲੈ ਮੇਰੀ। ਲੈ ਫੋਨ ਹੀ ਕੱਟਤਾ ਵੀ, ਤੈਨੂੰ ਤਾਂ ਬਥੇਰਾ ਘਰ ਖਵਾਇਆ, ਮਾਂ ਤਾਂ ਮੈਂ ਤੇਰੀ ਵੀ ਹਾਂ। ਜਦ ਮੇਰੇ ਹੱਥ 'ਚ ਸੀ ਉਦੋਂ ਮੈਂ ਤੈਨੂੰ ਬਥੇਰਾ ਦਿੱਤਾ, ਹੁਣ ਕੁੜੀ ਵੀ ਪਾਸਾ ਵੱਟ ਗਈ ਜਦੋਂ ਮਾਂ ਕੋਲੋਂ ਜ਼ਮੀਨ ਖੁੱਸ ਗਈ। ਪਤਾ ਵੀ ਹੁਣ ਮਾਂ ਕੀ ਦੇਊਗੀ? ਹਲੇ ਮੁੜ ਕੇ ਮੈਨੂੰ ਕਹਿੰਦੀ ਹੈ, ਦੋ ਕੁੜੀਆਂ ਕਹਿੰਦੀ ਮੇਰੇ ਘਰ ਵੀ ਬੈਠੀਆਂ ਨੇ। ਫਿਰ ਮਾਂ ਤਾਂ ਕੁਛ ਨਹੀਂ ਲੱਗੀ, ਸਾਰੀ ਦੁਨੀਆ ਮਤਬਲ ਦੀ ਹੋ ਗਈ। ਪਹਿਲਾਂ ਪੁੱਤ ਵੀ ਮਤਲਬ ਤੀ, ਹੁਣ ਧੀ ਵੀ ਮਤਬਲਾਂ ਹੋ ਗਈ। ਕਿੱਥੇ ਜਾਵਾਂ? ਕਿਸੇ ਆਸ਼ਰਮ 'ਚ ਜਾਊਂਗੀ ਲੈ ਕੇ ਝੋਲਾ, ਨਹੀਂ ਗੁਰਦੁਆਰੇ ਵਗ ਜਾਊ। ਵੀ ਕਿੱਥੇ ਤਾਂ ਜਾਊਂਗੀ, ਕਿੱਥੇ ਤਾਂ ਰੋਟੀ ਮੈਨੂੰ ਮਿਲੂਗੀ? ਉਹ ਪਹਿਲਾਂ ਤੁਸੀਂ ਨੇ ਧੋਖਾ ਕਰਤਾ, ਹੁਣ ਉਹ ਜੇ ਕੁੜੀ ਨੂੰ ਪੁੱਛਿਆ ਵੀ ਤੇਰੇ ਕੋਲ ਆ ਜਾਂਦੀ ਹਾਂ ਤਾਂ ਔਖੇ ਵੇਲੇ ਉਹ ਵੀ ਮੂੰਹ ਮੋੜ ਗਈ, ਕਹਿੰਦੀ ਮੇਰੇ ਕੋਲ ਤਾਂ ਆਪਦੇ ਕੋਈ ਦੋ ਬੁੜੀਆਂ ਬੈਠੀਆਂ ਨੇ। ਉਹਨੂੰ ਵੀ ਬਥੇਰਾ ਘਰ ਖਵਾਇਆ, ਤੈਨੂੰ ਵੀ ਖਵਾਇਆ, ਅੱਜ ਤਾਂ ਮੇਰਾ ਕੋਈ ਨਹੀਂ। ਬੇਬੇ ਛਿੰਦੋ ਭੈਣ ਨੇ ਕਾਹ ਤੂੰ ਜਵਾਬ ਦਿੱਤਾ? ਉਹਨੂੰ ਤਾਂ ਤੂੰ ਸਾਰਾ ਘਰ ਲੁੱਟਾ ਤਾ, ਜਦੋਂ ਉਹਦਾ ਵਿਆਹ ਕੀਤਾ ਸੀ ਉਦੋਂ ਵੀ ਇਹਨੂੰ ਗੱਡੇ ਭਰ ਭਰ ਕੇ ਸਮਾਨ ਦਿੱਤਾ, ਫਿਰ ਉਹਨੇ ਤੈਨੂੰ ਕਿਉਂ ਜਵਾਬ ਦਿੱਤਾ ਰੱਖਣ ਨੂੰ? ਮੈਨੂੰ ਕਿਹੜਾ ਪਤਾ ਸੀ ਵੀ ਸਾਰੀ ਦੁਨੀਆਂ ਮਤਵਲ ਦੀ ਹੁੰਦੀ ਹੈ, ਵੀ ਮਾਂ ਪਿਓ ਦਾ ਤਾਂ ਕੋਈ ਵੀ ਨਹੀਂ ਬਣਦਾ। ਬੜੇ ਪੇ ਵੇਲੇ ਸਾਰਿਆਂ ਨੂੰ ਬੁਰਾ ਲੱਗਣ ਲੱਗ ਜਾਂਦਾ, ਮਾਂ ਪਿਓ ਨਾਲ ਪੁੱਤਾਂ ਨੂੰ ਨਾਲ ਧੀਆਂ ਨੂੰ, ਕੋਈ ਨਹੀਂ ਰੱਖਦਾ ਕਿਸੇ ਨੂੰ। ਚੱਲ ਕੋਈ ਨਹੀਂ ਬੇਬੇ, 7 ਕਿੱਲੇ ਜ਼ਮੀਨ ਦਾ ਹੀ ਆ, ਤੇਰੇ ਕੀ ਨਾ ਜਾਂ ਤੇਰੇ ਪੁੱਤ ਦੇ ਕੀ ਨਾ, ਜ਼ਮੀਨ ਘਰ ਦੀ ਤਾਂ ਘਰ ਹੀ ਆ। ਫਿਰ ਕੁੜੀ ਨੇ ਪਤਾ ਨਹੀਂ ਕਿਉਂ ਜਵਾਬ ਦਿੱਤਾ ਤੈਨੂੰ। ਅੱਛਾ ਹੁਣ ਤੁਸੀਂ ਜ਼ਮੀਨ ਨਾ ਕਰਾ ਕੇ ਮੈਥੋਂ, ਹੁਣ ਤਾਂ ਤੁਹਾਨੂੰ ਵੀ ਸਮਾਨੋ ਗੱਲਾਂ ਆਉਣ ਲੱਗ ਗਈਆਂ। ਬੇਬੇ ਤੈਨੂੰ ਸਾਰੇ ਰਿਸ਼ਤੇਦਾਰਾਂ ਨੇ ਮਨਾ ਕਰਤਾ ਵੀ ਸਾਡੇ ਕੋਲ ਨਾ ਆਈ, ਸਾਡੇ ਜਵਾਕ ਪੜ੍ਹਦੇ ਨੇ ਹਨਾ, ਫਿਰ ਬੇਬੇ ਉਹ ਵੀ ਤੇਰੇ ਨਾਲ ਜ਼ਮੀਨ ਕਰਕੇ ਵਰਤਦੇ ਸੀ। ਪਰ ਇਹੀ ਮਤਲਬ ਸੀ ਵੀ ਜਿੰਨਾ ਚਿਰ ਮੇਰੇ ਕੋਲ ਜ਼ਮੀਨ ਤੇ ਉਦੋਂ ਮੇਰੇ ਸਾਰੀ ਤੇ,
हूं मेरा कोई भी नहीं जब तुम मेरे जमीन ले ली जानी है मैं पीछे तो मेरा टिकाणा बनूंगा बेबे तेन किसी जान की लड़ नहीं है एक घर भी तेरा है यह जमीन भी तेरी है सब कुछ तेरा बेबे जमीन तेरे नाव है मेरे नाव नहीं है बेबे बेबे ए तेरा भुलेखा भी जमीन असि ना करवा ली अच्छा फिर जेडे फार्म भराए सी ओ किवे भराए सी मेथों बेबे ओ ता सच्ची हो तेरी पेंशन दे फार्म सी असि ता तैनू सिर्फ डराया सी ए कह के भी जमीन असि इना दे ना करवाती भी जेडे तू सानू धौंस दिंदी रहनी है ना हर टाइम भी सत किले मेरे मैं पैसिया दे उत्ते ज्योनी आ मैं जमीन दे उत्ते ज्योनी आ बेबे तू आपदे जमीन दे हंकार चा के ना भैन नू सारा घर लटाता आ एक मझ खड़ी सी ओ भी ओनू खोल के देती बेबे तू कदे ए सोचिया भी तेरे पोते पोतिया कित्थों दुध पीणगे आपा घर दा गुजारा किवें करांगे बेबे तू कदे भी ए चीज नहीं सोची निक्की निक्की खाण वाली चीज भी तू भैन नू दिंदी रही ए भी तां तेरा जवाक आ ना मैं तेरी नूह आ बेबे मैं तेरी नूह जरूर आ पर तेरी कुड़ी भी आ हां पुत तेरी गल सच्ची है ए मैं कदे भी नहीं सोचिया सी भी नूह पुत भी मेनू कम देणगे ए ही मेरे कम आओगे मैं भी सर दिन धीआं दे सिर ते शिकार हो ही रहिंदी सी बेबे असी तेरी जमीन कित्थे लैके जाणी आ तू साडी मां भी आ जमीन भी तू आ साडी बेबे असि ओना ही प्यार तैनू करदे आ जिन्ना मैं मेरी मां नू करदी आ ए भी तैनू ओना ही प्यार करदे आ जिन्ना मां नू प्यार करीदा पर तेरा ए बहुत वड्डा भुलेखा सी मां असि तेरे दिल चो ए जमीन दा हंकार ही कढ़ना चाहुंदे सी मां असि तैनू कोई रोटी जमीन करके नहीं दिंदे तू साडी मां आ तां रोटी दिंदे आ चाहे तू जमीन अज छड कल जदों मर्जी किसे नू बेच दे पर असि फिर भी मां तेनू कदे कढ़दे नहीं करो तू सानू जन्म दिता पालिया पलोसिया पढ़ाया इनू ब्याह इसे करती है कि तू इनू बाहर कढे जां असि तेनू बाहर कढीए नहीं मां ए कदे भी नहीं हो सकदा पुत मैं भी इसे अहंकार फिरदी सी भी मेरे कोल सत किले ने मैं पुत नू पुत नहीं समझिया नूह नू धी नहीं समझिया मेरी अखां ते पट्टी बज्जी होई सी जिहड़ी अज पर्दा पिछे हट गया पुत मेरा मां मेरा इको ही कहना कि कदे भी तिया नू बगानिया समझ के उन्हां नू लड़िया ना करो हरक धी इको जी नहीं हुंदी ते हरक मां इको जी नहीं हुंदी पुत मैं अगे तो यह गलती कदे भी नहीं करती ना मैनू जमीन दा गमान ना मैनू मेरे धीआं दा गमान रोटी तां मैं पुत दे घरे खानी है पुत ने मैनू रोटी देनी बेबे तू घर छड के नहीं जानी चल बेबे अंदर बेबे सानू तू चाहिए ना कि तेरी जमीन चल